ਫਰੈਂਡਸ ਮਾਈ ਨੇਮ ਇਜ਼ ਅਜੀਤ ਪਾਲ ਸਿੰਘ ਐਂਡ ਆਮ ਯੋਰ ਸਾਇੰਸ ਟੀਚਰ ਤਾਂ ਬੇਟਾ ਅੱਜ ਆਪਾਂ ਕੀ ਕਰਨਾ ਅੱਜ ਆਪਾਂ ਐਕਸਰਸਾਈਜ਼ਸ ਕਰਨੀਆਂ ਨੇ ਇਸ ਚੈਪਟਰ ਦੀਆਂ ਠੀਕ ਹੈ ਜੀ ਤਾਂ ਜਿਹੜਾ ਆਪਣਾ ਸੈਕੰਡ ਚੈਪਟਰ ਉਹਦੀ ਐਕਸਰਸਾਈਜ਼ਸ ਨੰਬਰ 1 ਇਹ ਬੁੱਕਸ 'ਤੇ ਕਰਨੀਆਂ ਜਿਹੜੀ ਬੁੱਕ 'ਤੇ ਕਰਨੀਆਂ ਹੈਗੀਆਂ ਫਿਲ ਇਨ ਦਾ ਬਲੈਂਕਸ ਬੁੱਕ 'ਤੇ ਕਰ ਲਓ ਬੇਟਾ ਟਰੂ ਫਾਲਸ ਬੁੱਕ 'ਤੇ ਕਰ ਲਓ ਜੀ ਮੈਚ ਦਾ ਕਾਲਮ ਬੁੱਕ 'ਤੇ ਕਰ ਲਓ ਐਂਡ ਚੂਜ਼ ਦਾ ਕਰੈਕਟ ਆਪਸ਼ਨ ਮਲਟੀਪਲ ਚੁਆਇਸ ਕੁਐਸਚਨ ਇਹ ਵੀ ਬੁੱਕ 'ਤੇ ਹੀ ਕਰਨੇ ਨੇ ਠੀਕ ਹੈ ਜਿਹੜਾ ਵੈਰੀ ਸ਼ਾਰਟ ਆਨਸਰ ਟਾਈਪ ਕੁਐਸਚਨ ਨੇ ਇਹ ਕਾ ਤਾਂ ਅੱਜ ਆਪਾਂ ਇਹ ਪਹਿਲੀਆਂ 5 ਐਕਸਰਸਾਈਜ਼ ਹੀ ਕਰਾਂਗੇ ਠੀਕ ਹੈ ਜੀ ਬਹੁਤ ਸ਼ਾਰਟ ਨੇ ਕੋਈ ਜ਼ਿਆਦਾ ਡਿਟੇਲ ਦੇ ਵਿੱਚ ਹੈ ਨਹੀਂ ਕਿਉਂਕਿ ਆਪਾਂ ਬਹੁਤ ਪਹਿਲਾਂ ਡਿਟੇਲ ਦੇ ਵਿੱਚ ਸਾਰਾ ਕੁਝ ਡਿਸਕਸ ਕਰ ਚੁੱਕੇ ਆ ਤਾਂ ਹੁਣ ਆਪਾਂ ਸਿਰਫ ਆਨਸਰ ਆਨਸਰ ਤੇ ਉਹਨਾਂ ਨੂੰ ਡਿਸਕਸ ਕਰਾਂਗੇ ਸੋ ಲೆਟ ਅਸ బిਗਨ ਹਾਂਜੀ ਸਟੂਡੈਂਟਸ ਤਾਂ ਆਪਾਂ ਫਿਲ ਇਨ ਦਾ ਬਲੈਂਕਸ ਤੋਂ ਸ਼ੁਰੂ ਕਰਦੇ ਹਾਂ ਬੇਟਾ ਦਾ ਐਨੀਮਲਸ ਥੈਟ ਈਟ ਬੋਥ ਪਲਾਂਟਸ ਐਜ਼ ਵੈਲ ਐਜ਼ ਐਨੀਮਲਸ ਆਰ ਕਾਲਡ omnivore ਉਹਨਾਂ ਨੂੰ ਬੇਟਾ ਆਪਾਂ ਕੀ ਕਹਿੰਦੇ ਆ omnivores ਕਹਿੰਦੇ ਆ ਜੀ omnivores ਤਾਂ ਇੱਥੇ omnivores ਭਰ ਦਿਓ ਬੇਟਾ ਸੈਕਿੰਡ डैश ऑफ द ਫੂਡ ਇਨ ਹਿਊਮਨ ਬੀਿੰਗ ਬਿਗਿੰਸ ਹਿਊਮਨ ਬੀਿੰਗਸ 스타ਟ ਇਨ ਮਾਉਥ ਐਂਡ ਇਜ਼ ਕੰਪਲੀਟਿਡ ਇਨ ਡੈਸ਼ ਡਾਈਜੈਸ਼ਨ ਆਫ ਫੂਡ ਇਨ ਹਿਊਮਨ ਬੀਿੰਗਸ 스타ਟਸ ਇਨ ਮਾਉਥ ਹਾਂਜੀ ਜਿਹੜੀ ਡਾਈਜੈਸ਼ਨ ਆ ਨਾ ਉਹ ਅਸਲ ਦੇ ਵਿੱਚ ਮੂੰਹ 'ਚ ਹੀ ਸ਼ੁਰੂ ਹੋ ਜਾਂਦੀ ਆ ਕਿਹਦੀ ਸਭ ਤੋਂ ਪਹਿਲਾਂ ਡਾਈਜੈਸ਼ਨ ਹੁੰਦੀ ਆ 스타ਚ ਦੀ ਹਣਾ ਆਪਾਂ ਕੀਤਾ ਸੀ ਉਹ ਮੂੰਹ ਚ ਹੀ ਸਲਾਈ ਵਾਈ ਕਰ ਦਿੰਦਾ ਐਂਡ ਕੰਪਲੀਟਡ ਇਨ ਡੈਸ਼ ਕਿੱਥੇ ਖਤਮ ਹੁੰਦੀ ਆ ਸਾਰੀ ਪੂਰੀ ਤਰ੍ਹਾਂ ਕਿੱਥੇ ਕੰਪਲੀਟ ਹੁੰਦੀ ਆ ਸਮਾਲ ਇੰਟਰਸਟਾਈਨ ਦੇ ਵਿੱਚ ਡੈਸ਼ ਇਸ ਦਾ ਲਾਰਜੈਸਟ ਆਂਡ ਇਨ ਹਿਊਮਨ ਬੀਇੰਗਸ ਲਿਵਰ ਇਸ ਦਾ ਲਾਰਜੈਸਟ ਗਲੈਂਡ ਇਨ ਹਿਊਮਨ ਬੀਇੰਗ ði ਲਾਰਜ ਇੰਟਰਸਟਾਈਨ ਐਬਜ਼ਾਰਬਸ ਐਕਸੈਸ ਹਾਂਜੀ ਇੰਟਰਸਟਾਈਨ ਕੀ ਐਬਜ਼ਾਰਬ ਕਰਦਾ ਵਾਟਰ ਐਂਡ ਸੌਲਟਸ ਇਹ ਦੋਨੀਆਂ ਚੀਜ਼ਾਂ ਐਬਜ਼ਾਰਬ ਕਰਦਾ ਤਾਂ ਬੇਟਾ ਇਹਨਾਂ ਨੂੰ ਆਪਦੀ ਨੋਟਬੁੱਕ ਤੇ ਹੀ ਆਪਣੀ ਬੁੱਕ ਤੇ ਹੀ ਕਰ ਲੋ ਠੀਕ ਹੈ ਤੇ ਜਦੋਂ ਟੈਸਟ ਪੇਪਰ ਹੋਊ ਕੁਝ ਵੀ ਉਹਦੋਂ ਬੁੱਕ ਤੋਂ ਹੀ ਦੇਖ ਕੇ ਆਪਦਾ ਕੰਮ ਕਰ ਲੈਣਾ ਜੀ ਇਹਦੇ ਨਾਲ ਕੀ ਐ ਇੱਕ ਤਾਂ ਥੋੜਾ ਟਾਈਮ ਬਚਦਾ ਠੀਕ ਹੈ ਬੁੱਤ ਇੱਕ ਤੁਹਾਨੂੰ ਐਕਸਟਰਾ ਲਿਖਣਾ ਨਹੀਂ ਪੈਂਦਾ ਹੈਗਾ ਜਿਹੜੀ ਚੀਜ਼ ਲਿਖਣ ਵਾਲੀ ਆ ਉਹ ਮੈਂ ਲਿਖਾਉਂਗਾ ਉਹ ਆਪਾਂ ਕਾਪੀ ਦੇ ਉੱਤੇ ਹੀ ਕਰਾਂਗੇ ਸਾਰਾ ਕੁਝ ਨੈਕਸਟ ਇਸ ਸਟੇਟ ट्रू ਐਂਡ ਫਾਲਸ ਦ ਟੰਗ ਹੈਲਪਸ ਇਨ ਮਿਕਸਿੰਗ ਆਫ ਫੂਡ ਵਿਦ ਸਲਾਇਵਾ ਇਟ ਇਸ ਟ्रू ਠੀਕ ਹੈ ਜੀ ਉਹ ਕਹਿੰਦਾ ਜਿਹੜੀ ਜੀਬ ਆ ਉਹ ਭੋਜਨ ਨੂੰ ਸਲਾਈਬਾ ਨਾਲ ਮਿਕਸ ਕਰਨ ਚ ਹੈਲਪ ਕਰਦੀ ਆ ਆਬਵੀਅਸਲੀ ਇਟ ਇਜ਼ ਟ्रू ਅ ਹਿਊਮਨ ਇਨ ਹਿਊਮਨਸ ਡਾਈਜੈਸ਼ਨ ਇਜ਼ ਕੰਪਲੀਟਿਡ ਇਨ ਸਟਮਕ ਇਟ ਇਜ਼ ਫਾਲਸ ਡਾਈਜੈਸ਼ਨ ਇਜ਼ ਕੰਪਲੀਟਿਡ ਇਨ স্মਲ ਇੰਟਰਸਟਾਈਨ ਠੀਕ ਹੈ ਜੀ ਕਟ ਚੂਇੰਗ ਐਨੀਮਲਸ ਆਰ ਕਾਲਡ ਰੂਮੀਨੈਂਟਸ ਹਾਂਜੀ ਕਟ ਚੂਇੰਗ ਕਟ ਮਤਲਬ ਜਗਾਲੀ ਕਰਨ ਵਾਲੇ ਐਨੀਮਲਸ ਦੋਜ਼ ਆਰ ਕਾਲਡ ਰੂਮੀਨੈਂਟਸ ਇਟਸ ਟ्रू ਅਮੀਬਾ ਕੈਪਚਰ ਫੂਡ ਪਾਰਟਿਕल्स ਵਿਦ ਦ ਹੈਲਪ ਆਫ ਸੂਡੋਪੋਡੀਆ ਇਟ ਇਜ਼ ਆਲਸੋ ਟru ਸੂਡੋਪੋਡੀਆ ਨਾਲ ਬੈਟਾ ਅਮੀਬਾ ਦੋ ਕੰਮ ਕਰਦਾ ਇੱਕ ਤਾਂ ਉਹ ਮੂਵਮੈਂਟ ਕਰਦਾ ਸੂਡੋਪੋਡੀਆ ਨਾਲ ਤੇ ਇੱਕ ਉਹ ਕੀ ਕਰਦਾ ਫੂਡ ਵੀ ਕੈਪਚਰ ਕਰਦਾ ਸੂਡੋਪੋਡੀਆ ਨਾਲ ਨੈਕਸਟ ਮੈਚ ਦਾ ਕਾਲਮ ਰੂਮੀਨੈਂਟ ਸਾਜੀ ਰੂਮੀਨੈਂਟ ਕੀ ਆਊਗਾ ਕਾਊ ਤਾਂ ਇੱਥੇ ਮੈਂ ਨੰਬਰ 1 ਲਿਖਿਆ ਕਾਊ ਕਾਊ ਇਜ਼ ਰੂਮੀਨੈਂਟ ਕਾਰਬੋਹਾਈਡਰੇਟਸ ਕਾਰਬੋਹਾਈਡਰੇਟਸ ਗਲੂਕੋਜ਼ ਠੀਕ ਹੈ ਜੀ ਗਾਲ ਬਲੈਡਰ ਗਾਲ ਬਲੈਡਰ ਕੀ ਕਰਦਾ ਬੈਟਾ ਜੀ ਗਾਲ ਬਲੈਡਰ ਕੀ ਕਰਦਾ ਬੈਟਾ ਗਾਲ ਬਲੇਡਰ ਆਪਣੇ ਕੋਲ ਕਰਦਾ ਹੈ ਕੀ ਕਰਦਾ ਤੁਸੀਂ ਦੱਸੋ ਕੀ ਕਰਦਾ ਗਾਲ ਬਲੇਡਰ ਆਪਣੇ ਕੋਲ ਗਾਲ ਬਲੇਡਰ ਬਾਈ ਇਹਦੇ ਵਿੱਚ ਬਾਈਲ ਹੁੰਦਾ ਠੀਕ ਹੈ ਜੀ ਦੈਨ ਸਮਾਲ ਇੰਟਰਸਟਾਈਨ ਸਮਾਲ ਇੰਟਰਸਟਾਈਨ ਕੀ ਕਰੂਗਾ ਡਾਈਜੈਸ਼ਨ ਇਜ਼ ਕੰਪਲੀਟਿਡ ਰੈਕਟਮ ਰੈਕਟਮ ਕੀ ਕਰੂ ਬੇਟਾ ਸਟੋਰ ਅਨਡਜੈਸਟਿਡ ਫੂਡ ਅਨਡਜੈਸਟਿਡ ਫੂਡ ਨੂੰ ਸਟੋਰ ਕਰੂਗਾ ਨੈਕਸਟ

Mm, really very sorry for that uh, extra cellular digestion occur in saprophytes haan ji parasite ki karde ne pehla bhojan apde andar lende ne phir matlab holozoic nutrition carnivore bhi ehi karde ne herbivore bhi ehi karde ne kalle saprophytes ne beta jede ki karde ne extra cellular digestion karde ne the process of taking food into the body is called ingestion secretion of liver is bile ਨਿਊਟ੍ਰੀਸ਼ਨ ਇਨ ਅ ਮਾਈਬਾਈਜ਼ ਹੋਲੋਜ਼ੋਇਕ ਹੁਣ ਆਪਾਂ ਬੇਟਾ ਅੱਗੇ ਕਰਦੇ ਹਾਂ ਕੁਐਸਚਨਸ ਵੈਰੀ ਸ਼ਾਰਟ ਅਨਸਰ ਟਾਈਪ ਕੁਐਸਚਨ ਇਹਦੇ ਵਿੱਚ ਕੀ ਹੈ ਓ ਵਾਟ ਇਜ਼ ਹੋਲੋਜ਼ੋਇਕ ਨਿਊਟ੍ਰੀਸ਼ਨ ਵਾਟ ਇਜ਼ ਹੋਲੋਜ਼ੋਇਕ ਨਿਊਟ੍ਰੀਸ਼ਨ ਤਾਂ ਇਹਦਾ ਅਨਸਰ ਦੇਖੋ ਬੇਟਾ ਮੈਂ ਉੱਪਰ ਟਿੱਕ ਕੀਤਾ ਹੋਇਆ ਇਹੀ ਲਿਖ ਲੈਣਾ ਹੁਣ ਇਹ ਜਿਹੜਾ 5th ਐਕਸਰਸਾਈਜ਼ ਆ ਨਾ ਵੈਰੀ ਸ਼ਾਰਟ ਅਨਸਰ ਟਾਈਪ ਕੁਐਸਚਨ ਇਹ ਕਾਪੀ ਤੇ ਕਰਨੀ ਆ ਤੁਸੀਂ ਠੀਕ ਹੈ ਜੀ ਕੱਲ ਨੂੰ ਆਪਾਂ ਸ਼ਾਰਟ ਆਨਸਰ ਟਾਈਪ ਤੇ ਜਿਹੜਾ ਪਿਛੇ ਇਹਦਾ ਇੱਕ ਡਾਇਗਰਾਮ ਵਾਲਾ ਸਿਸਟਮ ਦਿੱਤਾ ਹੋਇਆ ਉਹ ਵੀ ਕਰਾਂਗੇ ਤਾਂ ਅੱਜ ਤੁਸੀਂ ਇਹੀ ਕੰਮ ਕਰਨਾ ਹੈਗਾ ਆਪਦਾ ਤਾਂ ਇਹਦੇ ਵਿੱਚ ਵਾਟ ਇਜ਼ ਹੋਲੋਜਿਕ ਨਿਊਟ੍ਰੀਸ਼ਨ ਹੋਲੋਜਿਕ ਨਿਊਟ੍ਰੀਸ਼ਨ ਇਜ਼ ਇਨ ਥਿਸ ਟਾਈਪ ਆਫ ਨਿਊਟ੍ਰੀਸ਼ਨ ਦੇਖੋ ਬੇਟਾ ਇਹ ਜਿਹੜਾ 3 ਨੰਬਰ ਪੁਆਇੰਟ ਲਿਖਿਆ ਹੈ ਇਹਨੂੰ ਇਹ ਕੁਐਸਚਨ ਨੰਬਰ 1 ਦਾ ਆਨਸਰ ਹੈ ਤਾਂ ਇਹ ਤੁਸੀਂ ਕਾਪੀ ਤੇ ਲਿਖਣਾ ਇਨ ਥਿਸ ਟਾਈਪ ਆਫ ਨਿਊਟ੍ਰੀਸ਼ਨ ਫੂਡ ਇਜ਼ ਟੇਕਨ ਇਨਟੂ ਦਾ ਬਾਡੀ ਐਂਡ THEN ਬ੍ਰੋਕਨ ਡਾਊਨ ਇਨਟੂ ਸਿੰਪਲ ਸੋਲਿਊਬਲ ਕੰਪਾਊਂਡਸ ਵਿਚ ਆਰ ਠੀਕ ਹੈ ਜੀ ਤਾਂ ਇਹ ਚੀਜ਼ ਤੁਸੀਂ ਯਾਦ ਰੱਖਣੀ ਆ ਐਗਜ਼ੈਂਪਲ ਇਹਦੀ ਅਮੀਬਾ ਐਂਡ ਹਿਊਮਨ ਬੀਇੰਗਸ ਜਾਇ ਇਹਨੂੰ ਹੋਰ ਸਿੰਪਲ ਸ਼ਬਦ ਤੁਸੀਂ ਲਿਖ ਸਕਦੇ ਹੋ ਇਨ ਥਿਸ ਟਾਈਪ ਆਫ ਨਿਊਟ੍ਰੀਸ਼ਨ ਫੂਡ ਇਜ਼ ਟੇਕਨ ਇਨਟੂ ਬਾਡੀ ਐਂਡ THEN ਬ੍ਰੋਕਨ ਡਾਊਨ ਇਨਟੂ ਸਿੰਪਲ ਸੋਲਿਊਬਲ ਕੰਪਾਊਂਡਸ ਓਕੇ ਬੇਟਾ ਇਹਨੂੰ ਕੋਈ ਮੋਡੀਫਾਈ ਕਰਨ ਦੀ ਲੋੜ ਨਹੀਂ ਹੈ ਬਹੁਤ ਹੀ ਸਿੰਪਲ ਲੈਂਗੁਏਜ ਚ ਲਿਖਿਆ ਹੋਇਆ ਤੇ ਇਹਨੂੰ ਐਜ਼ ਇਟ ਇਜ਼ ਤੁਸੀਂ ਯਾਦ ਕਰਨਾ ਇਟ ਇਜ਼ ਨਾਟ ਦੈਟ ਡਿਫਿਕਲਟ ਠੀਕ ਹੈ ਵੀ ਮੈਂ ਇਹਨੂੰ ਹੋਰ ਸਿੰਪਲ ਕਰਵਾਵਾਂ ਓਕੇ ਆ ਬੇਟਾ ਜੀ ਇਹ ਕੋਈ ਪ੍ਰੋਬਲਮ ਨਹੀਂ ਨੈਕਸਟ ਨੈਕਸਟ ਕੁਐਸਚਨ ਇਜ਼ ਵਾਟ ਡੂ ਯੂ ਮੀਨ ਬਾਈ ਐਬਸਾਰਪਸ਼ਨ ਐਬਸਾਰਪਸ਼ਨ ਕੀ ਹੁੰਦਾ ਜਿਹੜਾ ਸਿੰਪਲ ਸਬਸਟੈਂਸਸ ਨੇ ਉਹਨਾਂ ਨੂੰ ਕੀ ਕਰ ਲੈਣਾ ਆਪਦੇ ਅੰਦਰ ਐਬਜ਼ੌਰਬ ਕਰ ਲੈਣਾ ਐਬਸਾਰਪਸ਼ਨ ਨੰਬਰ 3 ਤੇ ਦੇਖੋ ਬੇਟਾ ਕੁਐਸਚਨ ਇਹਦਾ ਦੋ ਆਨਸਰ ਹੈ ਇਹਦਾ डाइजेस्टिड फूड इज एब्सॉर्ब बाय द वॉल्स ऑफ समॉल इंटेस्टाइन एंड दैन पासड इन टू ब्लड दिस इज कॉल्ड एबजॉर्प्शन ठीक है जी एबजॉर्प्शन की पूरी डेफिनेशन आ गई नैक्सट बेटा नैक्सट क्वेश्चन है नैक्सट क्वेश्चन इज डिफाइन असिम्यूलेन ਸਿਮੂਲੇਸ਼ਨ ਦਾ ਮਤਲਬ ਕੀ ਹੁੰਦਾ ਉਹ ਜਿਹੜਾ ਡਾਈਜੈਸਟਿਡ ਫੂਡ ਆ ਉਹਨੂੰ ਸੈਲਸ ਦੁਆਰਾ ਯੂਜ਼ ਕੀਤਾ ਜਾਣਾ ਇਨ ਦਿਸ ਪ੍ਰੋਸੈਸ ਦਾ ਐਬਜ਼ਾਰਬਡ ਫੂਡ ਇਜ਼ ਯੂਟਿਲਾਈਜ਼ਡ ਬਾਈ ਡਿਫਰੈਂਟ ਪਾਰਟਸ ਆਫ ਦਾ ਬਾਡੀ ਫॉर ਗਰੋਥ ਐਂਡ ਮੇਨਟੇਨੈਂਸ ਦਿਸ ਇਜ਼ ਕਾਲਡ ਅਸਿਮੂਲੇਸ਼ਨ ਨੈਕਸਟ ਬੇਟਾ ਕੀ ਹੈ ਨੈਕਸਟ ਕੁਐਸਚਨ ਹੈ ਨੇਮ ਦਾ ਪਾਰਟਸ ਆਫ ਐਲੀਮੈਂਟਰੀ ਕਨਾਲ ਤਾਂ ਬੇਟਾ ਇਕੱਲੇ ਪਾਰਟਸ ਦਾ ਨੇਮ ਲਿਖਣਾ ਤਾਂ ਇਹ ਤੁਸੀਂ ਲਾਈਨ ਵਾਈਜ਼ ਯਾਦ ਕਰਨੇ ਨੇ ਠੀਕ ਹੈ ਜੀ ਮਾਊਥ ਨੰਬਰ 1 ਆ ਫੋਰਥ ਦੇਖੋ ਮਾਊਥ ਇਸੋਫੇਗਸ ਲਿਵਰ ਡਾਇਫ੍ਰਾਮ ਰਹਿਣ ਦਿਓ ਬੇਟਾ ਜਿਹੜਾ ਇਹ ਲੈਫਟ ਹੈਂਡ ਸਾਈਡ ਤੇ ਲਿਖਿਆ ਹੋਇਆ ਹੈ ਨਾ ਡਾਇਫ੍ਰਾਮ ਡੀ ਆਈ ਐ ਪੀ ਐਚ ਆਰ اے ਜੀ ਐਮ ਇਹ ਡਾਇਫ੍ਰਾਮ ਹੁੰਦਾ ਇਹ ਰਹਿਣ ਦਿਓ ਇਹ ਆਪਣਾ ਡਾਈਜੈਸ਼ਨ ਦਾ ਕੋਈ ਇਹਦੇ ਨਾਲ ਲੈਣ ਦੇਣੀ ਐਲੀਮੈਂਟਰੀ ਕਨਾਲ ਦਾ ਇਹ ਰਹਿਣ ਦਿਓ ਲਿਵਰ ਲਿਵਰ ਤੋਂ ਬਾਅਦ ਬੇਟਾ ਸਟਮਕ ਸਟਮਕ ਤੋਂ ਬਾਅਦ ਬਾਈਲ ਡਕਟ ਠੀਕ ਹੈ ਜੀ ਜਿਹਨੂੰ ਆਪਾਂ ਬਾਈਲ ਡਕਟ ਅਗੀ ਇੱਕ ਇੱਕ ਆ ਗਿਆ ਗਾਲ ਬਲੇਡਰ ਠੀਕ ਹੈ ਬਾਈਲ ਡਕਟ ਦਾ ਮਤਲਬ ਕੀ ਆ ਜਿਹੜੀ ਪਾਈਪ ਬਾਈਲ ਜੂਸ ਲੈ ਕੇ ਜਾਂਦੀ ਆ ਦੈਨ ਗਾਲ ਬਲੇਡਰ ਦੈਨ ਡਿਓਡ ड्यूोडनम कुछ नहीं आएगा बेटा एक सी शेप्ड स्ट्रक्चर है जोड़ा अपना स्टमक तो किथे ਜਾਂਦਾ ਸਮਾਲ ਇੰਟਰਸਟਾਈਨ ਦੇ ਵਿੱਚ ਜਾਂਦਾਗਾ देन ਪੈਂਕਰੀਆਸ देन ਸਮਾਲ ਇੰਟਰਸਟਾਈਨ देन ਕੋਲਨ ਰੈਕਟਮ ਤੇ ਐਨਸ ਠੀਕ ਹੈ ਬੇਟਾ ਜਿਹੜਾ ਕੋਲਨ ਕੋਲਨ ਇਸ ਲਾਰਜ ਇੰਟਰਸਟਾਈਨ ਐਕਚੁਅਲੀ ਕੋਲਨ ਇਸ ਲਾਰਜ ਇੰਟਰਸਟਾਈਨ ਤੇ ਰੈਕਟਮ ਐਂਡ ਐਨਸ ਇਹ ਵੀ ਲਾਰਜ ਇੰਟਰਸਟਾਈਨ ਦਾ ਹੀ 파ਟ ਨੇ ਬਟ ਇਹ ਯਾਦ ਤੁਸੀਂ ਅਲੱਗ ਤੋਂ ਰੱਖਣੇ ਨੇ ਰੈਕਟਮ ਦੇ ਵਿੱਚ ਕੀ ਹੁੰਦਾਗਾ ਰੈਕਟਮ ਦੇ ਵਿੱਚ ਟੈਂਪਰੇਰੀਲੀ ਫੂਡ ਕੀ ਹੁੰਦਾ ਸਟੋਰ ਹੁੰਦਾ ਐਨਸ ਦੇ ਵਿੱਚੋਂ ਜਿਹੜਾ ਆਪਣੀ ਉਹ ਫੂਡ ਆ ਉਹ ਕੀ ਹੋ ਜਾਂਦਾ ਬਾਹਰ ਚੱਲਾ ਜਾਂਦਾਗਾ ਅੰਡਾਈਜੈਸਟਿਡ ਫੂਡ ਹੁੰਦਾ ਜਿਹੜਾ ਦੈਨ ਅਪੈਂਡਿਕਸ ਅਪੈਂਡਿਕਸ ਉਹੀ ਆ ਬੇਟਾ ਜਿਹੜੀ ਕਈ ਕਹਿੰਦੇ ਨੇ ਨਾ ਅਪੈਂਡਿਕਸ ਵੱਧ ਗਈ ਆ ਅਪੈਂਡਿਕਸ ਵੱਧ ਗਈ ਇਹ ਆਪਣਾ ਵਿਸਟਿਜੀਅਲ ਆਰਗਨ ਆ ਇਹਦੇ ਬਾਰੇ ਆਪਾਂ ਬਾਅਦ ਚ ਡਿਸਕਸ ਕਰਾਂਗੇ ਜਦੋਂ ਆਪਾਂ ਏਵੋਲੂਸ਼ਨ ਆਫ ਹਿਊਮਨ ਬੀਿੰਗ ਦੀ ਗੱਲ ਕਰਾਂਗੇ ਤਾਂ ਬੇਟਾ ਏ ਸੀ ਆਪਣੀਆਂ ਅੱਜ ਦੀਆਂ ਐਕਸਰਸਾਈਜ਼ਾਂ ਦਾ ਜਿਹੜੀਆਂ ਆਪਣੀਆਂ ਪਹਿਲੀਆਂ 5 ਐਕਸਰਸਾਈਜ਼ ਨੇ ਉਹਨਾਂ ਦਾ ਸੋਲੂਸ਼ਨ ਤਾਂ ਤੁਸੀਂ ਇਹਨਾਂ ਚੋਂ 5th ਐਕਸਰਸਾਈਜ਼ ਨੂੰ ਆਪਣੀ ਨੋਟਬੁੱਕ ਤੇ ਕਰ ਲੈਣਾ ਤੇ ਪਹਿਲੀਆਂ 4 ਐਕਸਰਸਾਈਜ਼ ਨੂੰ ਤੁਸੀਂ ਆਪਦੇ ਬੁੱਕ ਦੇ ਉੱਤੇ ਹੀ ਟਿੱਕ ਕਰ ਲੈਣਾਗਾ ਠੀਕ ਹੈ ਬੇਟਾ ਐਵੇਂ ਆਪਾਂ ਕੱਲ ਨੂੰ 6th ਤੇ ਨੈਕਸਟ ਐਕਸਰਸਾਈਜ਼ ਕਰਦਾਂਗੇ 올 ਦਾ ਬੈਸਟ ਬੇਟਾ ਥੈਂਕ ਯੂ ਫਾਰ ਯੋਰ ਧਿਆਨ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਪੁੱਤਰ ਜੀ